ਸਵਾਗਤ ਦੋਸਤੋ ਤੁਹਾਡਾ ਇੱਕ ਵਾਰ ਫੇਰ ਤੋਂ ਸਾਡੇ ਚੈਨਲ ਦੇ ਉੱਤੇ ਤੇ ਹਰ ਇੱਕ ਨਜ਼ਰ ਅਸੀਂ ਮਾਰਦੇ ਰਹਿੰਦੇ ਹਾਂ ਖਬਰ ਦੇ ਉੱਤੇ। ਇੱਕ ਵੱਡੀ ਖਬਰ ਜੋ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਅਸੀਂ ਇੱਕ ਬਹੁਤ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਦੀ ਗੱਲ ਕੀਤੀ ਜਾ ਰਹੀ ਸੀ, ਸੋਸ਼ਲ ਮੀਡੀਆ ਸੁਰਖੀਆਂ ਦੇ ਵਿੱਚ ਬਣਿਆ ਸੀ, ਉਹਨਾਂ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਧਰਨਾ ਦਿੱਤਾ ਗਿਆ ਸੀ। ਹੁਣ ਇੱਕ ਬਹੁਤ ਵੱਡੀ ਜਿਹੜੀ ਖਬਰ ਹੋਰ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ, ਭਾਨਾ ਸਿੱਧੂ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਰਹੀ ਹੈ, ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਉਹ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿ ਭਾਨਾ ਸਿੱਧੂ ਤੇ ਜਿਹੜੇ ਪਰਚੇ ਕੀਤੇ, ਜਿਹੜੇ ਐਫ ਆਈ ਆਰ ਦਰਜ ਹੋਈ ਆ, ਉਸ ਨੂੰ ਇੱਕ ਬਹੁਤ ਵੱਡਾ ਇੱਕ ਹੋਰ ਜਿਹੜੀ ਐਫ ਆਈ ਆਰ ਦਰਜ ਹੋਈ ਆ ਭਾਨਾ ਸਿੱਧੂ ਤੇ ਲੱਖਾ ਸਿਧਾਣਾ ਦੇ ਉੱਤੇ, ਪੂਰੇ ਜਿਹੜਾ ਭਾਨਾ ਸਿੱਧੂ ਦੇ ਟੱਬਰ ਦੇ ਉੱਤੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਆ। ਉਹ ਐਫ ਆਈ ਆਰ ਦਰਜ ਕੀਤੀ ਕੀ ਗਈ ਆ, ਭਾਨਾ ਸਿੱਧੂ ਦੇ ਜਿਹੜੇ ਪੂਰਾ ਟੱਬਰ ਉਹਨਾਂ ਦੇ ਜਿਹੜੀ ਪੰਜ ਜਿਹੜੇ ਮੈਂਬਰ ਉਹਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ, ਨਾਲ ਲੱਖਾ ਸਿਧਾਣਾ ਦੇ ਉੱਤੇ ਵੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ। ਜੇਲ੍ਹ ਚ ਬੰਦ ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਦੇ ਪਿਤਾ ਬਿਕਰ ਸਿੰਘ, ਭਰਾ ਅਮਨਾ ਸਿੰਘ, ਭੈਣ ਕਿਰਨਪਾਲ ਕੌਰ, ਸੁਖਪਾਲ ਕੌਰ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਿਸਤਾਨੀ, ਲੱਖਾ ਸਿਧਾਣਾ ਤੇ 18 ਲੋਕਾਂ ਖਿਲਾਫ ਹੋਰ ਇੱਕ ਮਾਮਲਾ ਦਰਜ, ਨਵਾਂ ਹੀ ਮਾਮਲਾ ਇੱਕ ਦਰਜ ਜਿਹੜਾ ਹੋਰ ਕਰ ਦਿੱਤਾ ਗਿਆ ਵਾ। ਲਗਾਤਾਰ ਜਿਹੜੇ ਆ ਮਾਮਲੇ ਉਹਨਾਂ ਦੇ ਉੱਤੇ ਦਰਜ ਹੋ ਰਹੇ ਆ। ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ, ਆਪਾਂ ਨੂੰ ਆਪਣੇ ਜਿਹੜੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਦੇ ਰਿਹਾ ਕਰੋ। ਇੱਕ ਬਹੁਤ ਵੱਡੀ ਜਿਹੜੀ ਖਬਰ ਆ ਭਾਨਾ ਸਿੱਧੂ ਦੇ ਪੂਰੇ ਟੱਬਰ ਦੇ ਉੱਤੇ ਇੱਕ ਮਾਮਲਾ ਹੋਰ ਦਰਜ ਕਰ ਦਿੱਤਾ ਗਿਆ ਵਾ, ਤੇ ਨਾਲ ਦੇ ਨਾਲ ਲੱਖਾ ਸਿਧਾਣਾ ਦੇ ਉੱਤੇ ਵੀ ਜਿਹੜਾ ਵਾ ਇੱਕ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਆ। ਜੇਲ੍ਹ ਚ ਬੰਦ ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਦੇ ਬਿਕਰ ਸਿੰਘ ਜਿਹੜੇ ਪਿਤਾ ਵਾ, ਉਹਨਾਂ ਦੇ ਭਰਾ ਅਮਨ ਸਿੰਘ, ਭੈਣ ਕਿਰਨਪਾਲ, ਸੁਖਪਾਲ ਕੌਰ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਿਸਤਾਨੀ, ਲੱਖਾ ਸਿਧਾਣਾ ਸਮੇਤ ਜਿਹੜੇ 18 ਜਿਹੜੇ ਆ ਹੋਰ ਇਹਨਾਂ ਦੇ ਉੱਤੇ ਜਿਹੜਾ ਵਾ ਉਹ ਮਾਮਲਾ ਜਿਹੜਾ ਵਾ ਉਹ ਦਰਜ ਕੀਤਾ ਗਿਆ ਵਾ। ਲਗਾਤਾਰ ਅਸੀਂ ਹਰੇਕ ਜਿਹੜੀ ਖਬਰ ਦੇ ਉੱਤੇ ਆਪਾਂ ਤੁਹਾਨੂੰ ਹਮੇਸ਼ਾ ਜਿਹੜੀ ਜਾਣਕਾਰੀ ਦਿੰਦੇ ਰਹਿੰਦੇ ਹਾਂ। ਜ਼ਿਕਰ ਕਰ ਦਈਏ ਕਿ 3 ਫਰਵਰੀ ਨੂੰ ਜਿਹੜਾ ਇਹਨਾਂ ਦੇ ਵੱਲੋਂ ਉਹਦੇ ਭਾਨਾ ਸਿੱਧੂ ਦੇ ਹੱਕ ਵਿੱਚ ਲੱਖਾ ਸਿਧਾਣਾ ਦੇ ਵੱਲੋਂ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਭਾਨੇ ਦੇ ਪੂਰੇ ਪਰਿਵਾਰ ਸਮੇਤ ਕੁੱਲ 18 ਬੰਦਿਆਂ ਤੇ ਨੈਸ਼ਨਲ ਹਾਈਵੇ ਨੂੰ ਜਿਹੜਾ ਉਹਨਾਂ ਵੱਲੋਂ ਇੱਕ ਨੈਸ਼ਨਲ ਹਾਈਵੇ ਤੇ ਜਿਹੜਾ ਵਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ। ਨੈਸ਼ਨਲ ਹਾਈਵੇ ਜਿਹੜਾ ਵਾ ਜਾਮ ਕਰ ਦਿੱਤਾ ਗਿਆ ਸੀ, ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਜਿਹੜਾ ਵਾ ਉਹਨਾਂ ਦੇ ਉੱਤੇ ਦਰਜ ਕਰ ਦਿੱਤਾ ਗਿਆ ਵਾ। ਇਸ ਦਿਨ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਲਈ ਉੱਥੇ ਜਿਹੜੇ ਪਹੁੰਚ ਗਏ ਸੀਗੇ। ਇੱਕ ਮੈਸੇਜ ਦੀ ਜਿਹੜੀ ਆ ਉਹ ਕਾਲ ਦਿੱਤੀ ਗਈ ਸੀਗੀ ਜਿਹੜਾ ਉੱਥੇ ਪ੍ਰਦਰਸ਼ਨ ਕਰਨ ਨੂੰ ਉਹਨਾਂ ਦੇ ਹੱਕ ਵਿੱਚ ਭਾਨਾ ਸਿੱਧੂ ਦੇ ਹੱਕ ਵਿੱਚ ਉੱਥੇ ਜਿਹੜਾ ਵਾ ਉਹ ਪ੍ਰਦਰਸ਼ਨ ਕਰਨਾ ਸੀ। ਇੱਕ ਮੈਸੇਜ ਦਿੱਤਾ ਗਿਆ ਸੀ, ਇੱਕ ਕਾਲ ਦਿੱਤੀ ਗਈ ਸੀ ਸੋਸ਼ਲ ਮੀਡੀਆ ਤੇ, ਇੱਕ ਬਹੁਤ ਹੀ ਜਿਹੜਾ ਵੱਡਾ ਉੱਥੇ ਇਕੱਠ ਦੇਖਣ ਨੂੰ ਜਿਹੜਾ ਵਾ ਉਹ ਮਿਲਿਆ ਸੀਗਾ। ਬੈਰੀਗੇਟ ਵੀ ਉੱਥੇ ਜਿਹੜੇ ਭੰਨੇ ਗਏ ਲੋਕਾਂ ਦੇ ਵੱਲੋਂ ਉਸਦੇ ਭਾਨੇ ਦੇ ਜਿਹੜੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਸੀ ਉਹਨਾਂ ਵੱਲੋਂ ਜਿਹੜੀ ਝੜਪ ਵੀ ਥੋੜੀ ਬਹੁਤੀ ਦੇਖੀ ਗਈ ਉੱਥੇ, ਤੇ ਪੁਲਿਸ ਵੱਲੋਂ ਵੀ ਉੱਥੇ ਕਾਫੀ ਜਿਹੜਾ ਵਾ ਉੱਥੇ ਲਾਠੀਚਾਰਜ ਵੀ ਕੀਤਾ ਗਿਆ। ਪਰ ਜਿਹੜੀਆਂ ਵਾ 10 ਧਾਰਾਵਾਂ ਜਿਹੜੀਆਂ ਉੱਥੇ ਆ ਉਹਨਾਂ ਦੇ ਉੱਤੇ ਜਿਹੜੇ ਪੂਰੀ ਫੈਮਿਲੀ ਨੂੰ ਪਾ ਕੇ ਟੋਟਲ 18 ਬੰਦੇ ਦੇ ਨੈਸ਼ਨਲ ਹਾਈਵੇ ਨੂੰ ਰੋਕਣ ਦੇ, ਜਿਹੜੇ ਪਬਲਿਕ ਪ੍ਰਾਪਰਟੀ ਨੂੰ ਜਿਹੜਾ ਨੁਕਸਾਨ ਵੀ ਪਹੁੰਚਾਇਆ ਗਿਆ, ਉੱਥੇ 10 ਜਿਹੜੀਆਂ ਧਾਰਾਵਾਂ ਹੇਠ ਪਰਚਾ ਜਿਹੜਾ ਦਰਜ ਕੀਤਾ ਗਿਆ। ਇਸ ਦਿਨ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਹਜ਼ਾਰਾਂ ਜਿਹੜੇ ਪ੍ਰਦਰਸ਼ਨ ਕਰਨ ਉੱਥੇ ਪਹੁੰਚ ਗਏ ਸੀ, ਜਿੱਥੇ ਇੱਕ ਪੁਲਿਸ ਦੇ ਨਾਲ ਵੱਡੇ ਪੱਧਰ ਵਿੱਚ ਝੜਪ ਵੀ ਹੋਈ ਸੀਗੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਜਿਹੜੇ ਆ ਬੈਰੀਗੇਟ ਵੀ ਜਿਹੜੇ ਆ ਤੋੜੇ ਗਏ, ਜਿਸ ਤੋਂ ਬਾਅਦ ਲੰਬਾ ਸਮਾਂ ਪ੍ਰਦਰਸ਼ਨਕਾਰੀਆਂ ਵੱਲੋਂ ਨੈਸ਼ਨਲ ਹਾਈਵੇ 7 ਬਠਿੰਡਾ ਨੂੰ ਵੀ ਸ਼ਾਮਲ ਕੀਤਾ ਗਿਆ ਸੀਗਾ। ਜ਼ਬਰਦਸਤ ਜਿਹੜੀ ਆ ਪੁਲਿਸ ਤੇ ਜਿਹੜੀ ਆ ਪੁਲਿਸ ਦੇ ਵਿੱਚ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਹੋਈ ਸੀਗੀ।
ਲਗਾਤਾਰ ਜਿਹੜਾ ਵਾ ਉੱਥੇ ਝੜਪ ਬਣੀ ਰਹੀ। ਉਸ ਤੋਂ ਬਾਅਦ ਹੀ ਜਿਹੜਾ ਪੁਲਿਸ ਨੇ ਥੋੜੇ ਦਿਨ ਬਾਅਦ ਹੀ ਇੱਕ ਜਿਹੜਾ ਬਹੁਤ ਵੱਡਾ ਐਕਸ਼ਨ ਲਿੱਤਾ ਵਾ, FIR ਜਿਹੜੀਆਂ ਦਰਜ ਹੋਈਆਂ ਉਹਨਾਂ ਦੇ ਪਰਿਵਾਰ ਦੇ ਸਮੇਤ ਸਮੇਂ 18 ਲੋਕਾਂ ਦੇ ਹੋਰ ਖਿਲਾਫ ਜਿਹੜੀਆਂ ਵਾ ਧਾਰਾਵਾਂ ਜਿਹੜੀਆਂ ਵਾ ਉਹ ਲਗਾਈਆਂ ਗਈਆਂ, FIR ਦਰਜ ਕੀ। ਇਸ ਮੌਕੇ ਜਿਹੜੇ ਪ੍ਰਦਰਸ਼ਨਕਾਰੀਆਂ ਵੱਲੋਂ ਜਿਹੜੇ ਬੈਰੀਗੇਡ ਵੀ ਤੋੜੇ ਗਏ ਸੀ, ਜਿਸ ਤੋਂ ਬਾਅਦ ਲੰਬਾ ਸਮਾਂ ਧਰਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ 7 ਬਠਿੰਡਾ ਚੰਡੀਗੜ੍ਹ ਨੂੰ ਵੀ ਮੁਕੰਮਲ ਤੌਰ ਤੇ ਜਿਹੜਾ ਰੋਕਿਆ ਗਿਆ ਸੀਗਾ, ਜਿਸ ਤੋਂ ਜਿਹੜਾ ਨੈਸ਼ਨਲ ਹਾਈਵੇ ਸੀਗਾ ਉਸ ਨੂੰ ਜਿਹੜੀ ਧਾਰਾਵਾਂ ਲਾ ਕੇ ਹੁਣ, ਜਿਸ ਕਾਰਨ ਆਮ ਲੋਕਾਂ ਨੂੰ ਜਿਹੜੀ ਬੜੀ ਪਰੇਸ਼ਾਨੀ ਹੋਈ ਸੀ, ਲੋਕਾਂ ਨੇ ਜਿਹੜੇ ਪਰੇਸ਼ਾਨ ਹੋ ਰਹੇ ਸੀ ਉਹਨਾਂ ਨੇ ਵੀ ਕਾਫੀ ਵਿਰੋਧ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਭਾਨੇ ਸਿੱਧੂ ਦੇ ਉੱਪਰ ਪਹਿਲਾਂ ਹੀ ਜਿਹੜੇ ਕਾਫੀ ਜਿਹੜੇ ਆ FIR ਜਿਹੜੀਆਂ ਦਰਜ ਹੋ ਚੁੱਕੀਆਂ ਵਾ, 379B, ਜਿਸ ਦੇ ਵਿੱਚ ਜਾਣਕਾਰੀ ਸਾਨੂੰ ਮਿਲੀ ਸੀਗੀ ਕਿ ਕਾਫੀ ਇਸ ਦੇ ਵਿੱਚ 10 ਸਾਲ ਤੱਕ ਦੀ ਜਿਹੜੀ ਸਜ਼ਾ ਵੀ ਹੋ ਸਕਦੀ ਸੀਗੀ ਉਹਨਾਂ ਨੂੰ। ਹੁਣ ਦੇਖਣਾ ਹੋਏਗਾ ਕਿ ਲਗਾਤਾਰ ਉਹਨਾਂ ਦੇ ਉੱਤੇ ਜਿਹੜੀਆਂ FIR ਤੋਂ FIR ਜਿਹੜੀਆਂ ਦਰਜ ਹੋ ਰਹੀਆਂ ਵਾ। ਤੁਹਾਡੇ ਇਸ ਖਬਰ ਉੱਤੇ ਕੀ ਵਿਚਾਰ ਨੇ, ਆਪਣੇ ਜਿਹੜੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਸ਼ੇਅਰ ਕਰ ਦਿਆ ਕਰੋ ਖਬਰ। ਇਸ ਤੇ ਵਿਰੋਧ ਕਰਨ ਦੀ 3 ਫਰਵਰੀ ਨੂੰ ਸੰਗਰੂਰ ਵਿਚ ਲੱਖੇ ਸਿਧਾਣੇ ਦੀ ਅਗਵਾਈ ਵਿਚ ਭਾਂਡੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ, ਹਜ਼ਾਰਾਂ ਦੀ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਸੀਗੇ ਭਾਨਾ ਸਿੱਧੂ ਦੇ, ਉਹਨਾਂ ਦੇ ਨਾਲ ਮਿਲ ਕੇ ਲੱਖਾਂ ਸਿਧਾਣੇ ਦੀ ਅਗਵਾਈ ਹੇਠ ਭਾਨੇ ਸਿੱਧੂ ਪਰਿਵਾਰ ਮੈਂਬਰਾਂ ਨਾਲ ਹਜ਼ਾਰਾਂ ਗਿਣਤੀ ਵਿਚ ਲੋਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ਼ ਸੰਗਰੂਰ ਵਿਚ ਜਿਹੜਾ ਪ੍ਰਦਰਸ਼ਨ ਜਿਹੜਾ ਕਰਨ ਲਈ ਪਹੁੰਚੇ ਸੀਗੇ, ਜਿੱਥੇ ਕਿ ਪੁਲਿਸ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਲਗਾਤਾਰ ਕਈ ਵਾਰ ਧਰਨਾਕਾਰੀਆਂ ਦੇ ਪੁਲਿਸ ਵਿਚਾਲੇ ਜ਼ਬਰਦਸਤ ਜਿਹੜੀ ਆ ਤਰੀਕੇ ਨਾਲ ਝੜਪ ਹੋਈ ਸੀ। ਬੈਰੀਗੇਡ ਵੀ ਤੋੜੇ ਗਏ ਉੱਥੇ, ਤੇ ਜਿਹੜੇ ਪੁਲਿਸ ਨੇ ਜਿਹੜੇ ਬੈਰੀਗੇਡ ਲਗਾਏ ਗਏ ਸੀ ਉਹਨਾਂ ਨੂੰ ਵੀ ਚੱਕ ਕੇ ਇਧਰ ਉਧਰ ਸੁੱਟਿਆ ਗਿਆ ਉਹਨਾਂ ਵੱਲੋਂ, ਤੇ ਬੈਰੀਗੇਡ ਵੀ ਤੋੜੇ ਗਏ। ਪੁਲਿਸ ਪ੍ਰਾਪਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਸੀ, ਇਹ ਵੀ ਜਿਹੜੀਆਂ FIR ਦਰਜ ਹੋਈਆਂ ਉਹਨਾਂ ਦੇ ਖਿਲਾਫ਼ ਜਿਹੜੀ ਧਾਰਾ ਲੱਗੀਆਂ ਵਾ। ਜਿਸ ਤੋਂ ਬਾਅਦ ਹੁਣ ਸੰਗਰੂਰ ਪੁਲਿਸ ਵੱਲੋਂ ਲੱਖਾਂ ਸਿਧਾਣੇ ਦੇ ਭਾਨੇ ਦੇ ਪਿਤਾ ਬਿੱਕਰ ਸਿੰਘ, ਭਾਨਾ ਸਿੱਧੂ ਦਾ ਭਰਾ ਅਮਨ ਸਿੰਘ ਅਤੇ ਭਾਨੇ ਸਿੱਧੂ ਦੀਆਂ ਦੋ ਭੈਣਾਂ ਕਿਰਨਪਾਲ ਕੌਰ ਅਤੇ ਸੁਖਪਾਲ ਕੌਰ ਦੇ ਖਿਲਾਫ਼ ਵੀ ਜਿਹੜੀ ਆ 12 ਧਾਰਾਵਾਂ ਲਗਾ ਕੇ ਜਿਹੜਾ ਪਰਚਾ ਜਿਹੜਾ ਵਾ ਦਰਜ ਕਰ ਦਿੱਤਾ ਗਿਆ ਵਾ। ਤੇ ਜੇਲ੍ਹ ਵਿਚ ਸੋਸ਼ਲ ਮੀਡੀਆ ਦੇ ਬਲੌਗਰ ਆ ਭਾਨਾ ਸਿੱਧੂ, ਕਾਫੀ ਵਿਵਾਦ ਚੱਲ ਰਿਹਾ ਸੀ ਉਹਨਾਂ ਨੇ ਜਿਹੜਾ ਟਰੈਵਲ ਏਜੰਟ ਆ ਉਸਦਾ ਮਾਮਲਾ ਸੀਗਾ, ਉਹਨਾਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀਗੀ ਕਿ ਭਾਨਾ ਸਿੱਧੂ ਨੇ ਸਾਨੂੰ ਧਮਕੀ ਦਿੱਤੀ ਆ, ਸਾਡੇ ਕੋਲ ਪੈਸੇ ਦੀ ਡਿਮਾਂਡ ਕੀਤੀ ਆ। ਪਰ ਕਿਤੇ ਨਾ ਕਿਤੇ ਹੁਣ ਲਗਾਤਾਰ ਉਹਨਾਂ ਦੇ ਜਿਹੜੀਆਂ FIR ਦਰਜ ਹੋ ਰਹੀਆਂ ਵਾ, ਤੇ ਲੁੱਟਾ ਖੋਹਾਂ ਦੀ ਵੀ ਇੱਕ FIR ਦਰਜ ਕੀਤੀ ਗਈ ਆ, ਉਸਦੇ ਵਿਚ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਜਿਹੜੀ ਉਹ ਦੱਸੀ ਜਾ ਸਕਦੀ ਹੈ। ਹੁਣ ਜਿਹੜੀ ਅੱਜ ਤੁਹਾਨੂੰ ਖ਼ਬਰ ਅਸੀਂ ਦੱਸ ਰਹੇ ਹਾਂ, ਜਿਹੜੀ ਹੁਣ ਲੇਟੈਸਟ ਜਿਹੜੀ ਨਿਊਜ਼ ਵੱਡੀ ਜਿਹੜੀ ਖ਼ਬਰ ਸਾਡੇ ਕੋਲ ਆਈ ਸੀ, ਹੁਣ ਤੁਹਾਡੇ ਨਾਲ ਸ਼ੇਅਰ ਕੀਤੀ ਆ ਅਸੀਂ, ਤੇ ਜਿਸ ਦੇ ਵਿਚ ਉਹਨਾਂ ਦੇ ਪੂਰੇ ਟੱਬਰ ਦੇ ਉੱਤੇ ਜਿਹੜੀ ਹੈ ਇਹ FIR ਦਰਜ ਕੀਤੀਆਂ ਵਾ। 18 ਲੋਕਾਂ ਖਿਲਾਫ਼ ਇਹ ਮਾਮਲਾ ਦਰਜ ਜਿਹੜਾ ਕੀਤਾ ਗਿਆ, ਲੱਖਾਂ ਸਿਧਾਣਾ ਦੇ ਖਿਲਾਫ਼ ਵੀ ਇਹ ਮਾਮਲਾ ਦਰਜ ਕੀਤਾ ਗਿਆ ਵਾ। ਹੁਣ ਦੇਖਦੇ ਆ ਅੱਗੇ ਜਿਹੜਾ ਵਾ ਸਿੱਟਾ ਕੀ ਨਿਕਲ ਕੇ ਆਉਂਦਾ ਵਾ। ਤੇ 3 ਫਰਵਰੀ ਨੂੰ ਜਿਹੜਾ ਇਹ ਧਰਨਾ ਲਗਾਇਆ ਗਿਆ ਸੀਗਾ, ਉਸ ਤੋਂ ਬਾਅਦ ਹੀ ਇਹ ਸਾਰਾ ਬੈਰੀਗੇਡ ਵੀ ਤੋੜੇ ਗਏ ਉੱਥੇ, ਜਿਹੜੀ ਕਾਫੀ ਜਿਹੜੀ ਜਨਤਾ ਸੀਗੀ ਉੱਥੇ ਇਕੱਠੀ ਹੋਈ। ਇਹਨਾਂ ਨੇ ਇੱਕ ਮੈਸੇਜ ਦਿੱਤਾ ਸੀਗਾ ਸੋਸ਼ਲ ਮੀਡੀਆ ਤੇ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜਿਹੜੀ ਆ ਇੱਥੇ ਕਰਾਊਡ ਕੀਤਾ ਜਾਏਗਾ, ਜਿਹੜਾ ਇਕੱਠ ਕੀਤਾ ਜਾਏਗਾ, ਸਰਕਾਰ ਨੂੰ ਚੈਲੰਜ ਕੀਤਾ ਗਿਆ ਸੀਗਾ ਉਹਨਾਂ ਵੱਲੋਂ। ਪਰ ਕਿਤੇ ਨਾ ਕਿਤੇ ਉੱਥੇ ਕਾਫੀ ਨੁਕਸਾਨ ਵੀ ਹੋਇਆ, ਪੁਲਿਸ ਕਰਮੀਆਂ ਨਾਲ ਝੜਪ ਹੋਈ, ਬੈਰੀਗੇਡ ਤੋੜੇ ਗਏ। ਪੁਲਿਸ ਵੱਲੋਂ ਕਿਹਾ ਗਿਆ ਕਿ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ, ਜਿਹੜੇ ਆਮ ਲੋਕੀ ਪਰੇਸ਼ਾਨ ਹੋ ਗਏ ਸੀਗੇ ਉੱਥੇ, ਖੱਜਲ ਖਰਾਬ ਹੋਏ ਸੀ। ਇਸੇ ਨੂੰ ਦੇਖਦੇ ਹੋਏ ਜਿਹੜੀਆਂ ਵਾ ਉਹ ਧਾਰਾਵਾਂ ਲਗਾਈਆਂ ਗਈਆਂ, ਪੁਲਿਸ ਦਾ ਵੀ ਨੁਕਸਾਨ ਹੋਇਆ, ਬੈਰੀਗੇਡ ਤੋੜੇ ਗਏ, ਤੇ ਪਬਲਿਕ ਪ੍ਰਾਪਰਟੀ ਨੂੰ ਵੀ ਇਹਨਾਂ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਦਿਨ ਲੱਖਾਂ ਸਿਧਾਣੇ ਦੀ ਅਗਵਾਈ ਵਿਚ ਹਜ਼ਾਰਾਂ ਲੋਕਾਂ ਜਿਹੜੇ ਉੱਥੇ ਇਕੱਠ ਦੇਖਣ ਨੂੰ ਮਿਲਿਆ ਸੀ। ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀਆਂ ਇਸੇ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਸੀ, ਕਿਵੇਂ
ਪੰਜਾਬ ਪੁਲਿਸ ਅਤੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਵੱਲੋਂ ਜਿਹੜੀ ਇੱਕ ਝੜਪ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਸੀਗੀਆਂ ਤੇ ਹੁਣ ਇੱਕ ਨਵਾਂ ਹੀ ਮਾਮਲਾ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਜੋ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਜਿਹੜੇ ਭਾਨਾ ਸਿੱਧੂ ਦੇ ਪੂਰੇ ਟੱਬਰ ਦੇ ਉੱਤੇ ਜਿਹੜੇ ਪੰਜ ਜਿਹੜੇ ਬੰਦੇ ਉਹਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਟੋਟਲ 18 ਬੰਦੇ 18 ਤੋਂ ਲੈ ਕੇ 19 ਤੱਕ 19 ਬੰਦਿਆਂ ਤੀਕਰ ਜਿਹੜੀ ਇਹ ਐਫ ਆਈ ਆਰ ਜਿਹੜੀ ਆ ਉਹ ਦਰਜ ਹੋਈ ਆ 10 ਤਰ੍ਹਾਂ ਹੇਠ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਵਾ ਹੁਣ ਤੁਹਾਡੇ ਇਸ ਖਬਰ ਉੱਤੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਜੋ ਇਹ ਮਾਮਲਾ ਇੱਕ ਹੋਰ ਪਰਚਾ ਕੱਟਿਆ ਗਿਆ ਵਾ ਜੋ 10 ਤਰ੍ਹਾਂ ਤਹਿਤ ਇਹ ਪਰਚਾ ਦਰਜ ਕੀਤਾ ਤੁਹਾਡੇ ਕੀ ਵਿਚਾਰ ਨੇ ਇਸ ਉੱਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹਰ ਮੁੱਦੇ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਅਸੀਂ ਸੋਸ਼ਲ ਮੀਡੀਆ ਤੇ ਜੋ ਵੀ ਅਪਡੇਟ ਰਹਿੰਦੀ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਰਹਿੰਦੇ ਹਾਂ ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ।